ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਕਰਦੇ ਨੇ? ਵੀਡੀਓ ਦੀ ਸ਼ੁਰੂਆਤ ਤੇ ਟਾਈਮ ਹੋ ਗਿਆ 6:30 ਦੇ ਕਰੀਬ ਹੋ ਗਿਆ ਟਾਈਮ, ਤੇ ਮੈਂ ਹੁਣੇ ਹੁਣੇ ਜਿਮ ਤੋਂ ਆਇਆ ਸੀਗਾ ਤੇ ਆ ਕੇ ਜਿਹੜਾ ਮੈਂ ਵੀਡੀਓ ਸਟੇ ਸਟਾਰਟ ਕਰਨ ਲੱਗਿਆ ਤੇ ਹੁਣ ਮੈਂ ਸੋਚ ਲਿਆ ਵੀ ਪੂਰੀ ਡੇਲੀ ਆਪਾਂ ਵਲੋਗਿੰਗ ਡੇਲੀ ਹੀ ਵਲੋਗ ਸ਼ੂਟ ਕਰਕੇ ਪਾਇਆ ਕਰਾਂਗੇ, ਪੂਰੇ ਡੇਲੀ ਰੂਟੀਨ ਦਾ ਵਲੋਗ ਪਾਇਆ ਕਰਾਂਗੇ। ਚਾਹ ਪੀ ਕੇ ਅਤੇ ਕੱਪ ਹੁਣੇ ਇੱਥੇ ਰੱਖੇ ਆ। ਮੰਮੀ ਜਿਹੜੇ ਯੂਟਿਊਬ ਚਲਾਈ ਜਾਂਦੇ ਆ ਅਤੇ ਮੰਮੀ ਕੀ ਵੇਖੀ ਜਾਂਦੇ ਹੋ? ਨਹੀਂ ਮੈਂ ਚੱਲਿਆ ਭਰ ਕੇ ਬੰਦ ਹੋ ਜਾਣ ਨਹੀਂ ਚੱਲਿਆ 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 ਮੰਮੀ ਕੋਲ ਆਪਾਂ ਨੂੰ ਗਾਲਾਂ ਪੈ ਗਈਆਂ ਤੇ ਚਲੋ ਹੁਣ ਆਪਾਂ ਨਾ ਪਹਿਲਾਂ ਪੋਸਟ ਭਰ ਕੇ ਆਉਂਦੇ ਹਾਂ ਅਤੇ ਮੈਂ ਆਪਦੇ ਡਾਕੂਮੈਂਟ ਜਿਹੜੇ ਹੈਗੇ ਉਹ ਚੱਕ ਲਾਂ ਸਾਰੇ, ਇਹ ਤਾਂ ਗਾਲਾਂ ਹੋਰ ਨਾ ਪੈਣਗੀਆਂ। ਅਤੇ ਇਹ ਡਾਕੂਮੈਂਟ ਹੁਣ ਕੀ ਹੋ ਗਿਆ, ਜਦੋਂ ਕਾਲਜ ਦੇ ਟਾਈਮ ਦੇ ਆਪਾਂ ਡਿਗਰੀਆਂ ਸਾਰੀਆਂ ਇਕੱਠੀਆਂ ਕੀਤੀਆਂ ਅਤੇ ਫਿਲਹਾਲ ਵੇਖੋ ਐਡੀ ਮੋਟੀ ਫਾਈਲ ਆ। ਇਹ ਡਿਗਰੀਆਂ ਇਕੱਠੀਆਂ ਕੀਤੀਆਂ ਅਤੇ ਹੁਣ ਇਹ ਇਹਨਾਂ ਨੂੰ ਉਦੋਂ ਹੀ ਮਤਲਬ ਬਾਹਰ ਕੱਢਦੇ ਜਦੋਂ ਕੋਈ ਪੋਸਟ ਵਗੈਰਾ ਆਈ ਹੁੰਦੀ ਆ, ਅਤੇ ਨਹੀਂ ਤਾਂ ਇਹ ਇੱਦਾਂ ਦਾ ਇੱਦਾਂ ਪਿਆ ਰਹਿੰਦਾ ਉੱਤੇ ਮਿੱਟੀ ਜੰਮ ਜਾਂਦੀ ਹੈ। ਏ ਟੀ ਐੱਮ ਚੱਕ ਲਿਆ ਅਤੇ ਹੁਣ ਚੱਲਦੇ ਹਾਂ ਪਹਿਲਾਂ ਏ ਟੀ ਐੱਮ 'ਚੋਂ ਪੈਸੇ ਕਢਵਾ ਕੇ, ਫਿਰ ਉਸ ਤੋਂ ਬਾਅਦ ਆਪਾਂ ਪੋਸਟ ਭਰ ਕੇ ਆਉਂਦੇ ਹਾਂ। ਅਤੇ ਚਲੋ ਆ ਜਾ ਚੱਲਦੇ ਹਾਂ। ਆਹ ਖੜੀ ਮੰਮੀ ਦੀ ਸਕੂਟੀ, ਮੰਮੀ ਦੀ ਸਕੂਟੀ ਲੈ ਜਾਂਦੇ ਹਾਂ ਅਤੇ ਆਹ ਵੇਖੋ ਨਾਲੇ ਉਹ ਵੀ ਆਪਣੀ ਸਕੂਟੀ ਆ ਪਰ ਉਹ ਹਾਲੇ ਚਲਾਈ ਨਹੀਂ ਕਿਸੇ ਨੇ, ਅਤੇ ਚਲੋ ਸਕੂਟੀ ਚੱਕ। ਗਰਮੀ ਇੰਨੀ ਕੁ ਜ਼ਿਆਦਾ ਪੈ ਰਹੀ ਆ ਤੁਹਾਨੂੰ ਮੈਂ ਦੱਸ ਨਹੀਂ ਸਕਦਾ। ਫਾਈਨਲੀ ਏ ਟੀ ਐੱਮ ਆਪਣੇ ਕੋਲ ਆ ਗਿਆ, ਤਾਂ ਅਬ ਕਿਆ ਹੋਗਾ ਬਾਬੂ ਭਈਆ, ਪੈਸਾ ਹੀ ਪੈਸਾ ਹੋ ਗਿਆ। ਫਾਈਨਲੀ ਪੈਸੇ ਆਪਾਂ ਜਿਹੜੇ ਇੱਥੇ ਡਵਾ ਲਏ ਆ ਅਤੇ ਹੁਣ ਆਪਾਂ ਸਿੱਧਾ ਚੱਲਦੇ ਹਾਂ। ਤਾਂ ਫਾਈਨਲੀ ਮੈਂ ਘਰ ਆ ਗਿਆ ਕਿ ਉੱਥੇ ਨਾ ਮੁੰਡੇ ਕੁੜੀਆਂ ਬਹੁਤ ਜ਼ਿਆਦਾ ਖੜ੍ਹੇ ਹੋਏ ਸੀ, ਬਹੁਤ ਜ਼ਿਆਦਾ ਰਸ਼ ਸੀਗਾ, ਸਾਰੇ ਪੋਸਟ ਮਤਲਬ ਤਕਰੀਬਨ ਸਾਰੇ ਭਰ ਹੀ ਰਹੇ ਸੀਗੇ ਅਤੇ ਮੈਂ ਉੱਥੇ ਫਿਰ ਵਲੋਗਿੰਗ ਨਹੀਂ ਕੀਤੀ ਕਿਉਂਕਿ ਸਾਡੇ ਏਰੀਏ 'ਚ ਹਾਲੇ ਤੱਕ ਮੈਨੂੰ ਨਹੀਂ ਪਤਾ ਵੀ ਵਲੋਗਿੰਗ ਦਾ ਪਤਾ ਜਾਂ ਨਹੀਂ ਪਤਾ, ਐਵੇਂ ਕਿਸੇ ਦੀ ਜਾਂ ਕੁੜੀ ਦੀ ਜਾਂ ਕਿਸੇ ਐਵੇਂ ਕੱਲ੍ਹ ਨੂੰ ਫੋਟੋ ਆ ਜਾਏ ਜਾਂ ਵੀਡੀਓ ਦੇ ਵਿੱਚ ਆ ਜਾਏ, ਮੈਂ ਕੱਲ੍ਹ ਨੂੰ ਮੈਂ ਕੰਟਰੋਵਰਸੀ ਨਹੀਂ ਚਾਹੁੰਦਾ, ਇਸ ਕਰਕੇ ਮੈਂ ਉੱਥੇ ਵੀਡੀਓ ਨਹੀਂ ਬਣਾਈ। ਪਰ ਆਉਂਦੇ ਵਕਤ ਆਪਾਂ ਇੱਕ ਚੀਜ਼ ਲੈ ਕੇ ਆਏ ਹਾਂ ਅਤੇ ਵੇਖਣ ਨੂੰ ਵੇਖੋ ਕਿੱਡਾ ਸਵਾਦ ਲੱਗਦਾ ਵਾ। ਐਕਚੁਲੀ ਇਹ ਕੀ ਆ, ਪ੍ਰੋਟੀਨ ਇਹਦੇ 'ਚ ਬਹੁਤ ਜ਼ਿਆਦਾ ਵਾ ਅਤੇ ਬਹੁਤ ਕੋਸਟਲੀ ਆ, ਇਹ ਇੰਨਾ ਕੁ ਪੈਕਟ ਵੇਖੋ ਕੋਸਟਲੀ ਆ। ਇਹਦੇ ਵਿੱਚ ਦੋ ਟਾਈਪ ਦੇ ਆ, ਇੱਕ ਇੱਕ ਚੋਕਲੇਟ ਫਲੇਵਰ ਆ, ਇੱਕ ਦੂਸਰਾ ਫਲੇਵਰ ਆ। ਅਤੇ ਇਹਨੂੰ ਹੁਣ ਆਪਾਂ ਚੈੱਕ ਕਰਦੇ ਹਾਂ ਅਤੇ ਵੇਖਦੇ ਹਾਂ ਫਿਰ। ਮੰਮੀ ਬੈਠੇ, ਮੰਮੀ ਨੂੰ ਟਰਾਈ ਕਰਵਾਉਣੇ, ਮੰਮੀ ਜਿਹੜੇ ਹੈਗੇ ਆ ਸਬਜ਼ੀ ਕੱਟ ਰਹੇ ਆ ਅਤੇ ਵੇਖਿਆ ਸਿਨੇਮੈਟਿਕ ਸ਼ੋਟ ਕਿੱਡਾ ਜ਼ਿਆਦਾ ਘੈਂਟ ਲੱਗਦਾ ਪਿਆ ਵਾ। ਅਤੇ ਚਲੋ ਹੁਣ ਆਪਾਂ ਇਹਨੂੰ ਨਾ ਟਰਾਈ ਕਰਦੇ ਹਾਂ ਅਤੇ ਵੇਖਦੇ ਹਾਂ ਕਿੱਦਾਂ ਵਾ। ਅਤੇ ਪਹਿਲਾਂ ਆਪਾਂ ਅਵਲਾ ਕਰਦੇ ਹਾਂ ਅਤੇ ਮੈਂ ਤੁਹਾਨੂੰ ਇੱਕ ਦੱਸਦਾ, ਇਹਦੇ ਵਿੱਚ ਪ੍ਰੋਟੀਨ ਆ ਜਿਹੜੀ ਬਹੁਤ ਜ਼ਿਆਦਾ ਵਾ, ਇੰਨਾ ਕੁ ਜ਼ਿਆਦਾ ਸੋਫਟ ਆ ਨਾ, ਸਵਾਦ ਆ ਮੈਂ ਬਹੁਤ ਜ਼ਿਆਦਾ ਸਵਾਦ ਆ। ਦੂਸਰਾ ਆਪਾਂ ਚੈੱਕ ਕਰਦੇ ਹਾਂ ਚੋਕਲੇਟ ਵਾਲਾ, ਅਲਟੀਮੇਟ ਆ ਦੋਸਤੋ, ਬਹੁਤ ਜ਼ਿਆਦਾ ਅਲਟੀਮੇਟ ਆ ਇਹ। ਮੰਮੀ ਤੋਂ ਚੈੱਕ ਕਰਵਾਉਣੇ, ਮੰਮੀ ਨੂੰ ਪੁੱਛਦੇ ਹਾਂ ਕਿੱਦਾਂ ਲੱਗਾ। ਮੰਮੀ ਖਾ ਕੇ ਦੱਸੋ ਕਿੱਦਾਂ।
ਜਿਹੜਾ ਪਹਿਲਾ ਕੇਕ ਆ ਤੇ ਇਹ ਆਪਾਂ ਨੂੰ ਪਿਆ 150 ਦੇ ਤਕਰੀਬਨ ਪਿਆ ਇੰਨਾ। ਵੈਸੇ ਮੋਸਟਲੀ ਜਿਹੜੇ ਹੁੰਦੇ ਆ ਇੱਦਾਂ ਮਤਲਬ ਬੇਕ ਕੀਤੇ ਉਹ ਜ਼ਿਆਦਾ ਕੋਸਟਲੀ ਨਹੀਂ ਹੁੰਦੇ, 15-20 ਵੱਧ ਤੋਂ ਵੱਧ 40-50 ਰੁਪਏ ਤੱਕ ਦਾ ਹੁੰਦਾ, ਬਟ ਇਹ ਥੋੜ੍ਹਾ ਜਿਹਾ ਕੋਸਟਲੀ ਸੀਗਾ। ਅਤੇ ਬਾਕੀ ਇਹ ਤਾਂ ਹੈਗਾ ਯਾਰ, ਜੇ ਕੋਸਟਲੀ ਆ ਤਾਂ ਉਸ ਚੀਜ਼ ਦਾ ਸਵਾਦ ਵੀ ਹੁੰਦਾ ਵਾ, ਹੈ ਨਾ। ਅਤੇ ਜੇ ਤੁਹਾਨੂੰ ਵੀ ਕਿਤੇ ਵੇਲਾ ਮਿਲੇ ਤਾਂ ਇਹਦਾ ਨਾਮ ਆ ਵਨੀਲਾ ਚੋਕੋ ਡਰਾਈ ਕੇਕ, ਅਤੇ ਰਾਮ ਗੋਪਾਲ ਦਾ ਹੈ ਜਿਹੜੀ ਇਹਨਾਂ ਦੀ ਕੰਪਨੀ ਉਹ ਹੈਗੀ। ਤਾਂ ਜੇ ਤੁਹਾਨੂੰ ਵੀ ਕਿਤੇ ਮਿਲੇ ਤਾਂ ਜ਼ਰੂਰ ਟਰਾਈ ਕਰਕੇ ਵੇਖਿਓ, ਬਹੁਤ ਘੈਂਟ ਆ ਅਤੇ ਬਹੁਤ ਅਹਿਮ ਚੀਜ਼ ਆ। ਚਲੋ ਹੁਣ ਆਪਾਂ ਥੋੜ੍ਹਾ ਟਾਈਮ ਵੇਟ ਕਰਦੇ ਹਾਂ ਅਤੇ ਫਿਰ ਆਪਾਂ ਚੱਲਦੇ ਹਾਂ ਵਾਪਸ ਦੁਬਾਰਾ ਪੋਸਟ ਭਰ ਕੇ ਆਵਾਂਗੇ। ਜੇ ਤਾਂ ਉੱਥੇ ਕੁੜੀਆਂ ਜੇ ਨਾ ਹੋਈਆਂ ਤਾਂ ਫਿਰ ਆਪਾਂ ਵੀਡੀਓ ਬਣਾਵਾਂਗੇ, ਅਤੇ ਜੇ ਹੋਈਆਂ ਫਿਰ ਆਪਾਂ ਨਹੀਂ ਬਣਾਵਾਂਗੇ। ਚਲੋ ਮਿਲ ਜਾ, ਇਹਨੂੰ ਬੰਦ ਕਰ। ਨਾ ਇਹ ਨਹੀਂ ਬੰਦ ਹੋਗਾ, ਇਹ ਤਾਂ ਐਸੇ ਹੀ ਚੱਲੇਗਾ। ਠੀਕ ਆ ਨਾ। ਹੈਲੋ, ਉਹ ਦੁਖੀ ਆਤਮਾ ਵੇਖੀ, ਐ ਜੋ 24 ਘੰਟੇ ਲੜਦਾ ਰਹਿੰਦਾ ਕੁੜੀ ਆ, 24 ਘੰਟੇ। ਤੇ ਨਵਾਂ ਪੋਪਟ ਹੋ ਗਿਆ ਇੱਕ, ਬਾਕੀ ਸਾਰੇ ਡਾਕੂਮੈਂਟ ਲੈ ਗਏ, ਪਰ ਆਧਾਰ ਕਾਰਡ ਘਰੇ ਰਹਿ ਗਿਆ, ਹੁਣ ਆਧਾਰ ਕਾਰਡ ਲੈ ਕੇ ਆਉਂਦੇ ਹਾਂ। ਤਾਂ ਫਾਈਨਲੀ ਜਿਹੜਾ ਮੈਂ ਆਧਾਰ ਕਾਰਡ ਆ ਜਿਹੜਾ ਆਪਦਾ ਚੱਕ ਲਿਆ, ਅਤੇ ਮੈਨੂੰ ਇਹ ਸੀ ਵੀ ਕਿਤੇ ਹੋਰ ਨਾ ਕੋਈ ਡਾਕੂਮੈਂਟ ਦੀ ਲੋੜ ਪੈ ਜੇ, ਅਤੇ ਆਧਾਰ ਕਾਰਡ ਆਪਾਂ ਲਿਆ ਸਾਂ, ਕਿਉਂਕਿ ਯਾਰ ਹਰੇਕ ਜੋਬ ਦੀ ਅੱਡ ਅੱਡ ਰਿਕੁਆਇਰਮੈਂਟ ਆ, ਅਤੇ ਕੋਈ ਸਮਝ ਨਹੀਂ ਆਉਂਦੀ ਕਿੱਥੇ ਆਧਾਰ ਕਾਰਡ ਕਈ ਵਾਰੀ ਨਹੀਂ ਲੱਗਦਾ ਕਿੱਥੇ ਲੱਗਦਾ। ਅਤੇ ਬਾਕੀ ਹੁਣ ਮੈਂ ਤਾਂ ਲਿਆ ਆਧਾਰ ਕਾਰਡ ਦੇ ਨਾਲ, ਬਾਕੀ ਡਾਕੂਮੈਂਟ ਵੀ ਲਿਆ ਆ, ਜਿਹੜੀ ਚੀਜ਼ ਦੀ ਜ਼ਰੂਰਤ ਹੋਈ ਆਪਾਂ ਉਹ ਲਾ ਦਾਂਗੇ। ਭਰਾਵਾ ਬੰਦੇ ਦੇ 6K ਫੋਲੋਵਰ ਆ ਯੂਟਿਊਬ ਦੇ ਉੱਤੇ, ਸਾਡੇ ਹਲੇ ਥੋੜ੍ਹੇ ਜਿਹੇ ਵੀ ਆ। ਸਾਨੂੰ ਕਾਪੀ ਰਾਈਟ ਤੋਂ ਡਰ ਲੱਗਦਾ, ਕਿਉਂਕਿ ਮੇਰੇ ਜਿੰਨੀਆਂ ਪਹਿਲੀਆਂ ਵੀਡੀਓ ਸੀ ਉਹਦੇ 'ਚ ਕਾਪੀ ਰਾਈਟ ਆਇਆ ਹੋਇਆ। ਵੱਡੇ ਬੰਦੇ ਇਹਨਾਂ ਨੂੰ ਕਹਿੰਦੇ ਲੋੜ ਹੀ ਨਹੀਂ, ਐਂ ਜੋ ਇਹ ਮਿਊਜ਼ਿਕ ਕੁਛ ਨਹੀਂ ਹੁੰਦਾ। ਸੋਰੀ, ਗੱਲ ਨਿਕਲ ਗਈ, ਪੀ ਲਾ ਦਾਂਗੇ, ਪੀ ਲਾ ਦਾਂਗੇ, ਪੀ ਲਾ ਦਾਂਗੇ, ਪੀ ਲਾ ਦਾਂਗੇ। ਭਾਈ ਫੋਲੋਅਰ ਵਧਾਉਣੇ ਨਾ, ਸਭ ਤੋਂ ਪਹਿਲਾਂ ਤਾਂ ਕਾਪੀ ਰਾਈਟ ਆ ਦੇ ਬੰਦੇ ਜਿਹੜਾ, ਕਾਪੀਰਾਈਟ ਜ਼ਿਆਦਾ ਕਰਾਵਾਂ, ਫਿਰ ਫੋਲੋਅਰ ਬਣਨ। ਤੁਹਾਨੂੰ ਇੱਕ ਅੱਗੇ ਹੋਰ ਹੈ, ਹੋਰ ਗੁਰਦੀਪ ਸਿੰਘ ਐਡੀ ਫਾਈਲ ਆ ਮੇਰੇ ਮਿੱਤਰੋ, ਜਿਹੜੀ 10 ਲੱਖ ਰੁਪਈਆ ਜ਼ਿਆਦਾ ਲਾ ਕੇ ਇਕੱਠੇ ਕੀਤੇ ਡਾਕੂਮੈਂਟ ਡਿਗਰੀਆਂ, ਕੋਈ ਕੰਮ ਨਹੀਂ ਆਉਂਦੀਆਂ। ਜਦੋਂ ਪੋਸਟ ਭਰਦੇ ਸਿਰਫ ਉਦੋਂ ਹੀ ਕੰਮ ਆਉਂਦੀਆਂ, ਹੈ ਨਾ। ਮਾੜੇ ਹਾਲ ਨੇ ਸਰਕਾਰਾਂ ਨੂੰ, ਕਿਹੜੀ ਚਾਹੀਦੀ ਦੱਸ। ਦੱਸੇਗਾ ਵੀ ਹੈਂ, ਕਿਉਂ ਲਾਈ ਕਿਉਂ ਆ, ਥੱਲੇ ਦਾ ਕਰ, ਹੱਥ ਤਾਂ ਥੱਲੇ ਕਰ ਕਰੀ, ਹੈਂ ਥੱਲੇ ਤਾਂ ਕਰ ਯਾਰ, ਐਡੀ ਕਾਹਦੀ ਗੱਲ ਲੈ ਆਵੇ ਥੱਲੇ।